ਸਸਕਾਲ ਦੀ ਪੰਜਾਬ ਬੋਲ ਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ ਇਸ ਪ੍ਰੋਗਰਾਮ ਤੇ ਜ਼ਰੀਏ ਅਸੀਂ ਹਰ ਵਾਰ ਇੱਕ ਮਹੱਤਵਪੂਰਨ ਮਸਲਾ ਚੁੱਕਣ ਦੀ ਕੋਸ਼ਿਸ਼ ਕਰਦੇ ਆਂ ਤੇ ਜਿਸ ਮੁੱਦੇ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਨ ਲਈ ਆਏ ਆਂ ਇਹ ਮੁੱਦਾ ਬੇਹਦ ਸੰਜੀਦਾ ਹੁੰਦਾ ਜਾ ਰਿਹਾ ਹੈ। ਮੁੱਦਾ ਇਹ ਪੰਜਾਬ ਦੇ ਵਿੱਚ ਹੋ ਰਹੀਆਂ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਡ੍ਰੈਪਟੀਆਂ ਕਟਨਾਵਾ। ਇਹਨਾਂ ਕਟਨਾਵਾ ਦੇ ਵਿੱਚ ਲਗਾਤਾਰ ਛੋਟੀਆਂ-ਛੋਟੀਆਂ ਬੱਚੀਆਂ ਨੂੰ ਆਪਣੀ ਹਵਲ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਡਿੱਗਦੀ ਹੋਈ ਮਾਨਸਿਕਤਾ ਵਾਲੇ ਲੋਕਾਂ ਵੱਲੋਂ। ਤੇਹੀ ਮੁੱਦੇ ਨੂੰ ਲੈ ਕੇ ਅਸੀਂ ਲੋਕਾਂ ਦੀ ਕਚੈਰੀ ਦੇ ਵਿੱਚ ਉਤਰੇ ਆਂ ਤੇ ਜਾਣਦੇ ਆਂ ਕਿ ਲੋਕ ਇਸ ਮਸਲੇ ਪ੍ਰਤੀ ਕੀ ਸੋਚਦੇ ਨੇ ਲੋਕਾਂ ਦੀ ਇਸ ਮਸਲੇ ਪ੍ਰਤੀ ਕੀ ਰਾਏ ਹੈ ਤੇ ਚਲਦੇ ਆਂ ਲੋਕਾਂ ਦੀ ਕਚੈਰੀ ਦੇ ਵਿੱਚ ਤੇ ਇਹਨਾਂ ਮਸਲਿਆਂ ਪ੍ਰਤੀ ਕਿਹੜੇ-ਕਿਹੜੇ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ ਜਾਣਦੇ ਆਂ ਸੋ ਆਓ ਚਲਦੇ ਆਂ ਲੋਕਾਂ ਦੀ ਕਚੈਰੀ ਦੇ ਵਿੱਚ ਲੜਕੀਆਂ ਜਾਂ ਕੁੜੀਆਂ ਇਸ ਪ੍ਰਤੀ ਕੀ ਸੋਚਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੋਨਿਕਾ ਦੇਵੀ अच्छा मोनिका देश ਦੇ ਵਿੱਚ ਜੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਵੀ ਛੋਟੇ ਛੋਟੇ ਬੱਚੀਆਂ ਦੇ ਨਾਲ ਰੇਪ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਧੂਰੀ ਦੇ ਵਿੱਚ ਰੇਪ ਹੋਇਆ 4 ਸਾਲ ਦੀ ਬੱਚੀ ਦੇ ਨਾਲ ਜਲੰਧਰ ਦੇ ਵਿੱਚ 3 ਸਾਲ ਦੀ ਬੱਚੀ ਦੇ ਨਾਲ ਉਸ ਤੋਂ ਪਹਿਲਾਂ ਵੀ ਕਠੂਆ ਕਾਂਡ ਵਾਪਰਿਆ ਪਰ ਲਗਾਤਾਰ ਕਾਂਡ ਵਾਪਰਦੇ ਨੇ ਮੰਗਾਂ ਉੱਠਦੀਆਂ ਨੇ ਸਜ਼ਾਵਾਂ ਦੀਆਂ ਤੇ ਸਰਕਾਰਾਂ ਕੁਝ ਦੇਰ ਲਈ ਐਕਸ਼ਨ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਬਾਅਦ ਫਿਰ ਸੌ ਜਾਂਦੀਆਂ ਨੇ ਤੇ ਫਿਰ ਉਸੇ ਤਰ੍ਹਾਂ ਹੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਕਾਰਨ ਕੀ ਮੰਨਦੇ ਹੋ ਜੀ ਮੈਨੂੰ ਲੱਗਦਾ ਕਿ ਕਾਰਨ ਤਾਂ ਇੱਕੋ ਹੀ ਹੋ ਸਕਦਾ ਹੈ ਕਿ ਲੋਕਾਂ ਦੀ ਸੋਚ ਦੇ ਵਿੱਚ ਪ੍ਰੋਬਲਮ ਆ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਆ ਤੇ ਸਿਰਫ ਪੰਜਾਬ ਦੀ ਗੱਲ ਨਹੀਂ ਆ ਮੈਂ ਥੋੜਾ ਟਾਈਮ ਪਹਿਲਾਂ ਮਹੀਨਾ ਵੀ ਨਹੀਂ ਹੋਇਆ ਹੋਣਾ ਚੰਡੀਗੜ੍ਹ ਦੀ ਨਿਊਜ਼ ਪੜੀ ਸੀ ਨਿਊਜ਼ਪੇਪਰ 'ਚ ਤੇ ਇੱਕ ਇੱਕ ਛੋਟੀ ਜਿਹੀ ਕੁੜੀ ਆ 3 ਸਾਲ ਦੀ ਤੇ ਉਹਨੂੰ ਉਹਨਾਂ ਦੇ ਪੜੋਸੀ ਨੇ ਹੀ ਫੜ ਕੇ ਉਹਦਾ ਰੇਪ ਕੀਤਾ ਸਿਰਫ ਇੱਕ ਚੀਜ਼ ਬੋਲ ਕੇ ਕਿ ਤੁਹਾਨੂੰ ਨਾਲ ਸੇ ਆਪਣੇ ਘਰ ਲੈ ਕੇ ਜਾ ਰਿਹਾ ਕੰਜਕ ਲਈ ਤੇ ਉਹਦੇ ਮੰਮੀ ਡੈਡੀ ਕੋਈ ਨਹੀਂ ਸੀ ਘਰੇ ਤੇ ਉਹਨੂੰ ਇੱਕ ਗਾਰਡਨ ਜਿਹਾ ਸੀ ਉੱਥੇ 9 ਫੁੱਟ ਦੀਵਾਰ ਟੱਪ ਕੇ ਕੁੜੀ ਨੂੰ ਉੱਪਰੋਂ ਲੰਘਾ ਕੇ ਤੇ ਉਹਦੇ ਨਾਲ ਰੇਪ ਕੀਤਾ ਤੇ ਬਾਅਦ ਚ ਉਹ ਫੜ ਵੀ ਹੋ ਗਿਆ ਬਟ ਕੀ ਫਾਇਦਾ ਤੇ ਉਸ ਕੁੜੀ ਨੂੰ ਪੱਥਰ ਨਾਲ ਮਾਰਿਆ ਤੇ ਉਹ ਮਰ ਗਈ ਸੀ ਤੇ ਉਹ 3 ਸਾਲ ਦੀ ਬੱਚੀ ਦਾ ਕੋਈ ਕਸੂਰ ਨਹੀਂ ਸੀ ਕਸੂਰ ਸੀ ਤਾਂ ਉਸ ਬੰਦੇ ਦਾ ਸੀ ਤੇ ਉਹਦੀ ਸੋਚ ਦਾ ਸੀ ਜਿਹੜਾ ਉਹ ਸਿਰਫ ਆਪਣੀ ਇੱਕ ਵਾਸਨਾ ਨੂੰ ਪੂਰਾ ਕਰਨ ਦੇ ਲਈ ਛੋਟੀ ਜੀ ਬੱਚੀ ਨੂੰ ਉਹਨੇ ਇਸਤੇਮਾਲ ਕੀਤਾ ਤਾਂ ਮੈਨੂੰ ਲੱਗਦਾ ਕਿ ਆ ਸਾਰੀ ਚੀਜ਼ਾਂ ਜਿਹੜੀ ਹੁੰਦੀਆਂ ਨੇ ਉਹ ਸੋਚ ਦੇ ਕਰਕੇ ਹੁੰਦੀਆਂ ਨੇ ਜੇ ਸਾਡੀ ਸੋਚ ਵਧੀਆ ਰਹੂਗੀ ਜਿਵੇਂ ਅਸੀਂ ਆਪਣੇ ਘਰੇ ਮਾਪਿਆਂ ਨੂੰ ਦੇਖਦੇ ਆਂ ਜਿਹੜੀ ਵਧੀਆ ਨਜ਼ਰ ਨਾਲ ਉਵੇਂ ਜੇ ਅਸੀਂ ਬਾਕੀ ਕੁੜੀਆਂ ਨੂੰ ਦੇਖੋਗੇ ਤਾਂ ਇਹ ਸਭ ਸੁਧਰ ਸਕਦਾ ਹੈ ਕਿਉਂਕਿ ਸਰਕਾਰ ਵੀ ਕੀ ਕਰੂਗੀ ਜਦੋਂ ਸਰਕਾਰ ਥੋੜੀ ਦੇਰ ਲਈ ਸਜ਼ਾ ਦੇ ਦੇਗੀ ਉਹਦੇ ਨਾਲ ਕੀ ਹੋਗਾ ਕੁਝ ਨਹੀਂ ਹੁੰਦਾ ਕਈ ਲੋਕੀ ਤਾਂ ਬਾਹਰ ਆ ਕੇ ਫਿਰ ਉਹੀ ਹਰਕਤਾਂ ਕਰਦੇ ਆਂ ਖੁੰਦਕ ਕਰਦੇ ਆਂ ਡਬਲ ਕਰਦੇ ਆਂ ਆਪਣੀ ਜੁਰਮ ਨੂੰ ਤਾਂ ਮੈਨੂੰ ਲੱਗਦਾ ਕਿ ਸੋਚ ਬਦਲਣੀ ਚਾਹੀਦੀ ਹੈ ਸੋਚ ਨਾਲ ਹੀ ਸਭ ਸੁਧਾਰ ਸੋਚ ਬਦਲਣ ਦੀ ਗੱਲ ਕੀਤੀ ਹੈ ਸੋਸ਼ਲ ਮੀਡੀਆ ਦੀ ਵੀ ਕੁਝ ਨੌਜਵਾਨਾਂ ਨੇ ਗੱਲ ਕੀਤੀ ਹੈ ਪਰ ਇੱਕ ਸਵਾਲ ਇਹ ਹੈ ਕਿ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਕਹਿ ਰਹੀਆਂ ਨੇ ਕਿ ਇਸ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਦੋਸ਼ੀਆਂ ਵਿਰੁੱਧ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਫਾਂਸੀ ਹੱਲ ਹੈਗੀ ਹੈ ਹੱਲ ਤਾਂ ਨਹੀਂ ਕਹਿ ਸਕਦੇ ਕਿ ਹੱਲ ਹੈ ਇੱਕ ਫਾਂਸੀ ਦੇਣ ਦੇ ਨਾਲ ਫਾਂਸੀ ਜੇ ਹੋ ਵੀ ਜਾਂਦੀ ਹੈ ਤੇ ਜਿਹੜੇ ਹੋਰ ਬੰਦੇ ਨੇ ਜਿਨ੍ਹਾਂ ਦੀ ਸੋਚ ਦੇ ਵਿੱਚ ਆਵੇ ਕਿ ਹਾਂ ਅਸੀਂ ਕਿਸੇ ਕੁੜੀ ਦਾ ਰੇਪ ਕਰਾਂਗੇ ਤਾਂ ਅਸੀਂ ਸਾਡਾ ਕੀ ਹੋ ਜਾਊਗਾ ਕੁਝ ਨਹੀਂ ਜਾਂਦਾ ਹੈਗਾ ਅਸੀਂ ਬਚ ਜੂਗੇ ਤਾਂ ਐਦਾਂ ਦੇ ਲੋਕ ਜ਼ਰੂਰੀ ਨਹੀਂ ਕਿ ਹਟੂਗੇ ਬਟ ਹਾਂ ਇੱਕ ਚੀਜ਼ ਜ਼ਰੂਰੀ ਹੈ ਕਿ ਜਿਨ੍ਹਾਂ ਦੇ ਨਾਲ ਹੁੰਦਾ ਜਿਹੜੀ ਪੀੜਿਤ ਕੁੜੀ ਆ ਉਹਦੇ ਘਰ ਦੇਆਂ ਨੂੰ ਇੱਕ ਚੀਜ਼ ਦਾ ਦਿਲਾਸਾ ਜ਼ਰੂਰ ਹੋ ਜਾਂਦਾ ਹੈ ਕਿ ਹਾਂ ਜੇ ਸਾਡੀ ਕੁੜੀ ਨਾਲ ਕੁਝ ਗਲਤ ਹੋਇਆ ਸੀ ਤਾਂ ਅਜੇ ਬੰਦੇ ਦਾ ਮੌਤ ਦੇ ਘਾਟ ਉਤਰ ਚੁੱਕਿਆ ਉਹਨਾਂ ਨੂੰ ਜ਼ਰੂਰ ਸਬਰ ਆ ਜਾਂਦਾ ਹੈ ਬੇਸ਼ੱਕ ਉਹਨਾਂ ਦੀ ਕੁੜੀ ਵਾਪਸ ਨਾ ਆਵੇ ਪਰ ਇਸ ਤੋਂ ਪਹਿਲਾਂ ਵੀ ਜੇਕਰ ਮੈਂ ਫਾਂਸੀ ਦੀ ਗੱਲ ਕਰਾਂ ਤਾਂ ਕਤਲ ਕੇਸ ਦੇ ਵਿੱਚ ਵੀ ਫਾਂਸੀ ਦੀ ਸਜ਼ਾ ਰੱਖੀ ਗਈ ਹੈ ਪਰ ਉਸ ਤੋਂ ਬਾਅਦ ਵੀ ਕੀ ਕਤਲ ਹੁਣੇ ਬੰਦ ਹੋ ਗਏ ਇੱਕ ਇਹ ਵੀ ਸਵਾਲ ਬੜਾ ਖੜਾ ਹੋ ਜਾਂਦਾ ਹੈ ਬਿਲਕੁਲ ਵੀ ਨਹੀਂ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਤੇ ਕਤਲ ਤੇ ਰੇਪ ਦੋਨੋਂ ਚੀਜ਼ ਕਦੇ ਬੰਦ ਹੋਈਆਂ ਨੇ ਕਿਉਂਕਿ ਅਸੀਂ ਹਮੇਸ਼ਾ ਆਮ ਤੌਰ ਤੇ ਸੁਣਦੇ ਰਹਿੰਦੇ ਹਾਂ ਕਿ ਕਿਸੇ ਨੇ ਕਿਸੇ ਨੂੰ ਮਾਰਤਾ ਪੁਰਾਣੇ ਜੁੰਬਸ਼ ਨੂੰ ਲੈ ਕੇ ਆ ਫਿਰ ਕੁਝ ਵੀ ਉਹਨਾਂ ਦੀ ਕੋਈ ਫੈਮਿਲੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਲੈ ਕੇ ਵੀ ਬੰਦਾ ਇੱਕ ਦੂਜੇ ਨੂੰ ਮਾਰ ਦਿੰਦਾ ਹੈ ਭਾਈ ਭਾਈ ਆਪਸ ਵਿੱਚ ਮਾਰ ਜਾਂਦੇ ਆ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ ਉਹਨਾਂ ਨੇ ਵੀ ਹੁੰਦੇ ਕਿ ਜੇ ਸਾਨੂੰ ਸਜ਼ਾ ਮਿਲ ਬਗੀ ਤਾਂ ਕੀ ਹੋ ਗਿਆ ਜਿਨ੍ਹਾਂ ਦੇ ਲਿੰਕਸ ਹੁੰਦੇ ਆ ਉਹ ਸੋਚਦੇ ਕਿ ਅਸੀਂ ਛੁੱਟ ਜੂਗੇ ਤੇ ਜਿਨ੍ਹਾਂ ਦੇ ਲਿੰਕਸ ਨਹੀਂ ਹੁੰਦੇ ਉਹ ਸੋਚਦੇ ਕਿ ਕੋਈ ਨਹੀਂ ਅਸੀਂ ਇਹਦੇ ਨਾਲ ਬਦਲਾ ਤਾਂ ਲੈ ਲਵਾਂਗੇ ਬੇਸ਼ੱਕ ਸ ਸਸ਼ਕ ਕੀ ਨਾਮ ਹੈ ਜੀ ਕੁਲਦੀਪ ਅੱਛਾ ਕੁਲਦੀਪ ਕੀ ਲੱਗ ਰਿਹਾ ਕਿ ਹੁਣ ਇੱਕ ਵਾਰ ਫੇਰ ਮੰਦ ਭਗੀਆਂ ਬੇहद ਸੰਸਾਰ ਨੂੰ ਲੋਕਾਂ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਬੱਚੀਆਂ ਦੇ ਨਾਲ ਰੇਪ ਹੋ ਰਿਹਾ ਹੈ ਇਹਨਾਂ ਪਿੱਛੇ ਕਾਰਨ ਕੀ ਮੰਨਦੇ ਹੋ ਕਿ ਲੋਕਾਂ ਦੀ ਆਪਣੀ ਜਿਹੜੀ ਮਾਨਸਿਕਤਾ ਡਿੱਗ ਰਹੀ ਹੈ ਜਾਂ ਕਾਨੂੰਨ ਵਿਵਸਥਾ ਜਿਹੜੀ ਢਿੱਲੀ ਹੋ ਰਹੀ ਹੈ ਮੇਰੇ ਅਕੋਰਡਿੰਗ ਕਿ ਜਿਹੜੇ ਮਾਪੇ ਨੇ ਉਹਨਾਂ ਨੂੰ ਨਾ ਬੱਚਿਆਂ ਦੀ ਸੋਚ ਚੇਂਜ ਕਰਨੀ ਚਾਹੀਦੀ ਹੈਗੀ ਜਿਉ ਕੁੜੀ ਤੋਂ ਕੁਐਸਚਨ ਕਰ ਰਹੇ ਹੈਗੇ ਕੀ ਤੂੰ ਕਿੱਥੇ ਗਈਆਂਗੀ ਜੋ ਘਰ ਲੇਟ ਆਦੀ ਆ ਤਾਂ ਉਹ ਮੁੰਡੇ ਤੋਂ ਵੀ ਕੁਐਸਚਨ ਕਰਨ ਕਿ ਤੂੰ ਕਿੱਥੇ ਗਿਆ ਸੀ ਜੇ ਘਰ ਲੇਟ ਆ ਰਹਿਆਂ ਤਾਂ ਉਹ ਬੱਚੇ ਨੂੰ ਛੋਟੇ ਹੁੰਦੇ ਤੋਂ ਹੀ ਜਦੋਂ ਬੱਚਾ ਛੋਟਾ ਹੁੰਦਾ ਉਹਨਾਂ ਉਹਦੇ ਤੋਂ ਹੀ ਸਿਖਾਣਾ ਕਿ ਕੁੜੀ ਦੀ ਕਿਸ ਤਰ੍ਹਾਂ ਰਿਸਪੈਕਟ ਕਰਨੀ ਆ ਜੇ ਬੱਚਾ ਛੋਟੇ ਹੁੰਦੇ ਤੋਂ ਕੁੜੀ ਦੀ ਰਿਸਪੈਕਟ ਕਰਨੀ ਸਿੱਖ ਗਿਆ ਤਾਂ ਸਮਾਜ 'ਚ ਬਦਲਾਵ ਆਣਾ ਸ਼ੁਰੂ ਹੋ ਜਾਓ ਬਿਲਕੁਲ ਤੁਸੀਂ ਬਹੁਤ ਵਧੀਆ ਸਮਾਜ ਦੇ ਲਈ ਵੀ ਇੱਕ ਗੱਲ ਸਾਹਮਣੇ ਰੱਖੀ ਹੈ ਕਿ ਸੋਚ ਨੂੰ ਸ਼ੁਰੂਆਤੀ ਦੌਰਾਨ ਅਸ਼ੁਰਾਤੀ ਦਿਨਾਂ ਦੇ ਦੌਰਾਨ ਹੀ ਬਦਲਣਾ ਜਿਹੜਾ ਢਾਲਣਾ ਸ਼ੁਰੂ ਕਰ ਦੇਣਾ ਹੈ ਰਿਸਪੈਕਟ ਦੇਣੀ ਚਾਹੀਦੀ ਹੈ ਤਿਆਂ ਨੂੰ ਹਾਲਾਂਕਿ ਛੋਟੇ ਛੋਟੇ ਬੱਚਿਆਂ ਨੂੰ ਕੰਜਕਾਂ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਪ੍ਰੂਨਾ ਪੂਜਾ ਕਰਨ ਤੋਂ ਦੌਰਾਨ ਵੀ ਇਹੋ ਜੀਆਂ ਮੰਦਪਾਗੀਆਂ ਘਟਨਾਵਾਂ ਫਿਰ ਰੁਕਣ ਦਾ ਨਾ ਕਿਉਂ ਲੈ ਰਹੀ ਕਿਉਂਕਿ ਅੱਜ ਮੁੰਡੇ ਨੂੰ ਜ਼ਿਆਦਾ ਇਮਿਹਤ ਦਿੱਤੀ ਜਾ ਰਹੀ ਹੈ ਕੁੜੀ ਨੂੰ ਨਹੀਂ ਨਹੀਂ ਦਿੱਤੀ ਜਾ ਰਹੀ ਭਾਵੇਂ ਕੁੜੀਆਂ ਪੜ੍ਹਦੀਆਂ ਨੇ ਪਰ ਕਰੇ ਨਾ ਉਹਨਾਂ ਨਾਲ ਉਹੀ ਚੀਜ਼ਾਂ ਹੁੰਦੀਆਂ ਨੇ ਵੀ ਜਿਉ ਕਿਤੇ ਗਈਆ ਤਾਂ ਉਹਨਾਂ ਤੋਂ ਪਤਾ ਨਹੀਂ ਕਿੰਨੇ ਕੁਐਸਚਨ ਪੁੱਛੇ ਜਾਣਗੇ ਬਟ ਮੁੰਡਿਆਂ ਤੋਂ ਚੀਜ਼ਾਂ ਨਹੀਂ ਪੁੱਛਿਆ ਜਾਂਦੀਆਂ ਹੈਗੀਆਂ ਮੈਂ ਬਹੁਤ ਚੀਜ਼ਾਂ ਇਹ ਜਿਹੇ ਦੇਖੀਆਂ ਨੇ ਗਿਆ ਵੀ ਜਿਵੇਂ ਮੁੰਡੇ ਨੂੰ ਕੋਈ ਕੁਝ ਕਹਿੰਦੇ ਨੇ ਖੁੱਲੇ ਆਮ ਫਿਰਦੇ ਆਗੇ ਹੋਸਟਲਸ 'ਚ ਵੀ ਕੁੜੀਆਂ ਦੇ ਹੁਣ ਹੋਇਆ ਕਿ 24 ਆਵਰਸ ਐਂਟਰੀ ਬਟ ਪਹਿਲਾਂ ਨਹੀਂ ਸੀਗਾ ਜੇ ਮੁੰਡਿਆਂ ਨੂੰ ਕੁਐਸਚਨ ਕਰਨਾ ਸਟਾਰਟ ਕਰਨਾ ਨਾ ਕੱਟਣਾ ਮਾਬਦੇ ਆਪ ਰੁਕ ਜਾਣਗੇ ਮੇਰੇ ਅਕੋਰਡਿੰਗ ਲੋਕਾਂ ਦੀ ਸੋਚ ਦੇ ਵਿੱਚ ਬਦਲਾਅ ਆ ਰਿਹਾ ਇਹਨਾਂ ਦਾ ਕਹਿਣਾ ਹੈ ਤੋਂ ਹੁਣ ਕੁਝ ਹੋਰ ਨੌਜਵਾਨਾਂ ਦੇ ਨਾਲ ਗੱਲ ਕਰਦੇ ਆ ਜਾਣਦੇ ਆ ਕਿ ਉਹਨਾਂ ਦੀ ਇਸ ਡਿੱਗਦੀ ਹੋਈ ਮਾਨਸਿਕਤਾ ਛੋਟੇ ਛੋਟੀਆਂ ਬੱਚੀਆਂ ਦੇ ਨਾਲ ਰੇਪ ਹੋਣ ਦੇ ਮਾਮਲਿਆਂ ਪ੍ਰਤੀ ਉਹ ਕੀ ਸੋਚਦੇ ਨੇ ਲਗਾਤਾਰ ਵਧ ਰਹੀਆਂ ਰੇਪ ਦੀਆਂ ਘਟਨਾਵਾਂ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿ ਰੇਪ ਦੀਆਂ ਘਟਨਾਵਾਂ ਹਾਲਾਂਕਿ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਰੇਪ ਹੋ ਰਹੇ ਨੇ ਸ਼ਰਮਨਾਕ ਕਾਰਾ ਦੇਖਣ ਨੂੰ ਸਾਹਮਣੇ ਆ ਰਿਹਾ ਹੈ ਤੇ ਇਸ ਸ਼ਰਮਨਾਕ ਕਾਰੇ ਦੇ ਉੱਤੇ ਨੌਜਵਾਨਾਂ ਦੀ ਕੀ ਰਾਏ ਹੈ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਬੇਨਾਮ ਗਗਨਪ੍ਰੀਤ ਸਿੰਘ ਕਾਲੂ ਜੀ ਅੱਛਾ ਕਾਲੂ ਕੀ ਲੱਗ ਰਿਹਾ ਹੈ ਕੀ ਲਗਾਤਾਰ ਰੇਪ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਤੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ 3 ਸਾਲ 4 ਸਾਲ 5 ਸਾਲ ਦੀਆਂ ਬੱਚੀਆਂ ਦੇ ਨਾਲ ਰੇਪ ਹੋ ਰਹੇ ਨੇ ਤੇ ਹੁਣ ਧੂਰੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ 4 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ ਹੈ ਕਾਰਨ ਕੀ ਮੰਨਦੇ ਹੋ ਕਿ ਇਹਨਾਂ ਗਿਰੀਆਂ ਹੋਈਆਂ ਘਟਨਾਵਾਂ ਲਗਾਤਾਰ ਦੇਸ਼ ਦੇ ਵਿੱਚ ਕਿਉਂ ਵਧਦੀਆਂ ਜਾ ਰਹੀਆਂ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਤਾਂ ਆਪਣਾ ਸੋਸ਼ਲ ਨੈਟਵਰਕ ਕਿਉਂਕਿ ਉਹਦੇ ਉੱਤੇ ਆਪਾਂ ਨੂੰ ਇੰਨਾ ਕ ਗੰਦ ਦੇਖਣ ਨੂੰ ਮਿਲ ਰਿਹਾ ਹੈ ਜੇ ਆਪਾਂ ਫੇਸਬੁੱਕ ਖੋਲਦੇ ਆਂ ਆਪਣਾ YouTube ਖੋਲਦੇ ਆਂ ਇਹ ਜਿਹੇ-ਜਿਹੇ ਵੀਡੀਓ ਸਾਹਮਣੇ ਆਉਂਦੀਆਂ ਨੇਗੀਆਂ ਵੀ ਕੀ ਕਿਤਨੇ-ਕਿਤੇ ਬੰਦੇ ਦੇ ਮਾਈਂਡ ਦੇ ਉੱਤੇ ਇਫੈਕਟ ਜ਼ਰੂਰ ਪੈਂਦਾ ਉਸ ਚੀਜ਼ ਦਾ ਮ ਹੋਰ ਵੀ ਜਿਹੇ ਕਾਰਨ ਨੇ ਵੀ ਜਿਵੇਂ ਮਾਪਿਆਂ ਨੂੰ ਆਪਣੀਆਂ ਬੱਚੀਆਂ ਨੂੰ ਮਤਲਬ ਕਿ ਦੇਖ ਕੇ ਰੱਖਣਾ ਚਾਹੀਦਾ ਵੀ ਜਿਵੇਂ ਖੁੱਲੇ ਏਰੀਆ ਦੇ ਵਿੱਚ ਜਿਵੇਂ ਆਪਣਾ ਪਰ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਆਜ਼ਾਦੀ ਸਾਰਿਆਂ ਦਾ ਹੱਕ ਹੈ ਘੁੰਮਣਾ ਫਿਰਨਾ ਸਾਰਿਆਂ ਦਾ ਹੱਕ ਹੈ ਪਰ ਸਵਾਲ ਇਹ ਹੈ ਕਿ ਇਹਨਾਂ ਕਟਨਾਵਾਂ ਦੇ ਪਿੱਛੇ ਲੋਕਾਂ ਦੀ ਮਾਨਸਿਕਤਾ ਦਾ ਡਿੱਗਣਾ ਇੱਕ ਇਹੋ ਜਿਹਾ ਪ੍ਰਤੀਕਰਮ ਬਣਦਾ ਜਾ ਰਿਹਾ ਹੈ ਲਗਾਤਾਰ ਰੇਪ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਸਰਕਾਰਾਂ ਦੇ ਵੱਲੋਂ ਜਾਂ ਹੋਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਇਸ ਘਟਨਾਵਾਂ ਨੂੰ ਰੋਕਣ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਲੱਗਦਾ ਕਿ ਫਾਂਸੀ ਹੀ ਨਾ ਘਟਨਾਵਾਂ ਦਾ ਹੱਲ ਹੈਗਾ ਕਿਤੇ ਨਾ ਕਿਤੇ ਇਹ ਚੀਜ਼ ਇਫੈਕਟ ਦਾ ਜ਼ਰੂਰ ਕਰੂਗੀ ਕਿਉਂਕਿ ਲੋਕਾਂ ਦੇ ਮਨਸਿਕ ਦਾ ਇੱਕ ਡਰ ਡਰ ਉੱਪਰ ਕੇ ਸਾਹਮਣੇ ਆਊਗਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਸੰਜੀਵ ਅੱਛਾ ਸੰਜੀਵ ਕੀ ਲੱਗ ਰਿਹਾ ਕਿ ਦੇਸ਼ ਦੇ ਵਿੱਚ ਤੇ ਹੁਣ ਪੰਜਾਬ ਦੇ ਵਿੱਚ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਉਸ ਤੋਂ ਪਹਿਲਾਂ ਜੇਕਰ ਕਠੂਆ ਦੀ ਗੱਲ ਕੀਤੀ ਜਾਵੇ ਤਾਂ ਕਠੂਆ ਦੇ ਵਿੱਚ ਵੀ ਇੱਕ ਬੱਚੀ ਦੇ ਨਾਲ ਰੇਪ ਹੋਇਆ ਰੇਪ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵੀ ਵਾਪਰ ਰਹੀਆਂ ਨੇ 3 ਸਾਲ ਦੀ ਬੱਚੀ ਦੇ ਨਾਲ ਜਲੰਧਰ ਦੇ ਵਿੱਚ ਹੁੰਦਾ ਹੈ ਤੁਰੀ ਦੀ ਵਿੱਚ 4 ਸਾਲ ਦੀ ਬੱਚੀ ਦੇ ਨਾਲ ਹੁੰਦਾ ਹੈ ਬੱਚੀਆਂ ਨੂੰ ਹਫਜ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਕਾਰਨ ਕੀ ਮੰਨਦੇ ਹੋ ਕਾਰਨ ਮੈਨੂੰ ਜਿਹੜਾ ਲੱਗਦਾ ਹੈ ਉਹ ਹੈ ਐਜੂਕੇਸ਼ਨ ਜਿਹੜੀ ਆਪਾਂ ਨੂੰ ਐਜੂਕੇਸ਼ਨ ਹੈ ਪ੍ਰੋਪਰ ਨਹੀਂ ਮਿਲਦੀ ਬਈ ਤੇ ਆਪਣਾ ਜਿਹੜਾ ਕਲਚਰ ਆ ਉਹ ਵੀ ਆਪਣਾ ਜਿਹੜਾ ਕਲਚਰ ਆ ਆਪਾਂ ਉਸ ਤੋਂ ਡਿਵੀਏਟ ਹੁੰਦੇ ਜਾ ਰਹੇ ਆ ਅਲੱਗ ਹੁੰਦੇ ਜਾ ਰਹੇ ਆ ਇਸ ਕਰਕੇ ਜਿਹੜੀ ਆਪਣੀ ਮਾਨਸਿਕਤਾ ਉਹ ਥੱਲੇ ਡਿੱਗਦੀ ਜਾ ਰਹੀ ਹੈ ਦੂਜਾ ਕਾਰਨ ਹੈ ਸਮਾਜ ਦੇ ਵਿੱਚ ਬੇਰੋਜ਼ਗਾਰੀ ਨਸ਼ੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਚਿੰਬੜੀ ਹੋਈਆਂ ਜਦੋਂ ਤੱਕ ਆਪਾਂ ਇਹਨਾਂ ਨੂੰ ਠੱਲ ਨਹੀਂ ਪਾਵਾਂਗੇ ਤਾਂ ਇਹ ਜਿਹੜੀਆਂ ਬਿਮਾਰੀਆਂ ਇਦਾਂ ਲਗਾਤਾਰੀ ਵੱਧ ਹੀ ਜਾਣੀਆਂ ਹੈ ਅੱਛਾ ਇਸ ਦੇ ਨਾਲ ਹੀ ਜਿਹੜੀਆਂ ਵਿਰੋਧੀ ਧਿਰਾਂ ਨੇ ਪੰਜਾਬ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਚਿੱਠੀ ਲਿਖ ਕੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਕਿ ਜਿਹੜੇ ਬੱਚਿਆਂ ਦੇ ਨਾਲ ਰੇਪ ਹੋ ਰਹੇ ਉਹਨਾਂ ਨੂੰ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਲੱਗਦਾ ਕਿ ਫਾਂਸੀ ਇਨਾਂ ਘਟਨਾਵਾਂ ਦਾ ਹੱਲ ਹੈਗੀ ਹੈ ਅ ਦੇਖੋ ਕੁਝ ਸਮੇਂ ਵਾਸਤੇ ਤਾਂ ਇਹ ਜਾਇਜ਼ ਹੈ ਕਿ ਤੁਸੀਂ ਕੁਝ ਸਮੇਂ ਵਾਸਤੇ ਇਹਨੂੰ ਰੋਕ ਸਕਦੇ ਹੋ ਬਸ ਇਹ ਪਰਮਾਨੈਂਟ ਹੱਲ ਨਹੀਂ ਹੈ ਇਹਦਾ ਪਰਮਾਨੈਂਟ ਹੱਲ ਤਾਂ ਇਹੀ ਹੈ ਕਿ ਜਿਹੜਾ ਇੱਕਵੇਂ ਦਾ ਕਲਚਰ ਵਿਕਸਿਤ ਕੀਤਾ ਜਾਵੇ এডਿਕੇਸ਼ਨਵੇਂ ਦਿੱਤੀ ਜਾਵੇ ਤਾਂ ਜੋ ਜਿਹੜੇ ਲੋਕ ਹੈ ਉਹਨਾਂ ਦੀ ਮਾਨਸਿਕਤਾ ਦਾ ਦਾਇਰਾ ਵੱਡਾ ਹੋਵੇ ਤੁਸੀਂ ਕਿਸੇ ਨੂੰ ਫਾਂਸੀ ਦੇ ਦਿੰਦੇ ਆ ਅੱਜ ਤੱਕ ਬਹੁਤ ਸਾਰੇ ਮੁਲਕਾਂ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਗੋਲੀ ਮਾਰ ਦਿੱਤੀ ਜਾਂਦੀ ਹੈ ਬਟ ਫਿਰ ਵੀ ਉਹਦੇ ਨਾਲ ਕ੍ਰਾਈਮ ਥੋੜੀ ਰੁਕਿਆ ਕਿਤੇ ਕ੍ਰਾਈਮ ਤਾਂ ਲਗਾਤਾਰ ਹੀ ਹੁੰਦੇ ਆ ਰਹੇ ਆ ਤੇ ਹੁੰਦੇ ਰਹਿਣਗੇ ਬਿਲਕੁਲ ਸਹੀ ਕਹੇ ਤੁਸੀਂ ਫਾਂਸੀ ਲੱਗਦਾ ਹੈ ਕਿ ਕਿਸੇ ਘਟਨਾ ਦਾ ਹੱਲ ਨਹੀਂ ਜਾਂ ਫਿਰ ਕੋਈ ਵੀ ਸਜ਼ਾ ਕਿਸੇ ਘਟਨਾ ਦਾ ਹੱਲ ਨਹੀਂ ਪਰ ਜੇਕਰ ਹੱਲ ਕਰਨ ਦੀ ਗੱਲ ਕੀਤੀ ਜਾਵੇ ਤਾਂ ਫਿਰ ਹੱਲ ਕੀ ਹੈ ਖੱਲ ਤਾਂ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਪ੍ਰੋਪਰ ਤਰੀਕੇ ਨਾਲ ਦੇਣੀ ਚਾਹੀਦੀ ਹੈ ਐਜੂਕੇਸ਼ਨ ਹੁਣ ਵੀ ਦਿੱਤੀ ਜਾ ਰਹੀ ਹੈ ਕਿਤਾਬਾਂ ਦੇ ਵਿੱਚ ਹੁਣ ਵੀ ਪੜਾਇਆ ਜਾ ਰਿਹਾ ਹੈ ਹਰ ਇੱਕ ਨੂੰ ਜਿਹੜੇ ਬਣਦਾ ਮਾਨ ਸਤਕਾਰ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਪਰ ਇਸ ਤੋਂ ਬਾਅਦ ਜੁਦ ਹਾਲਾਂਕਿ ਇਹ ਕੋਈ ਅਨਪੜਤਾ ਦੀ ਨਿਸ਼ਾਨੀ ਵੀ ਨਹੀਂ ਹੈ ਪੜ੍ਹੇ ਲਿਖੇ ਵਿਅਕਤੀਆਂ ਦੇ ਵੱਲੋਂ ਵੀ ਰੇਪ ਕੇਸ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਰ ਤੁਸੀਂ ਕੀ ਮੰਨਦੇ ਹੋ ਕਿ ਜੋ ਕਲਚਰ ਦਾ ਬਦਲਾਅ ਆ ਰਿਹਾ ਜਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਭਾਈ ਸਾਹਿਬ ਨੇ ਕਿ ਲੱਗਦਾ ਕਿ ਸੋਸ਼ਲ ਮੀਡੀਆ ਵੀ ਕਿਤਨਾ ਕਿਤੇ ਇਹਨਾਂ ਘਟਨਾਵਾਂ ਮਾਨੂੰ ਵਧਾਵਾ ਦਿੰਦਾ ਮੈਂ ਪਹਿਲਾਂ ਵੀ ਗੱਲ ਮੈਂ ਗੱਲ ਐਜੂਕੇਸ਼ਨ ਦੀ ਕੀਤੀ ਹੈ ਮੈਂ ਲਿਟਰੇਸੀ ਦੀ ਗੱਲ ਨਹੀਂ ਕੀਤੀ ਹੈ ਹੈਨਾ ਤੁਸੀਂ ਅੱਖਰ ਪੜਨਾ ਜਾਣ ਪਏ ਤਾਂ ਇਹਦਾ ਮਤਲਬ ਇਹ ਨਹੀਂ ਤੁਸੀਂ ਐਜੂਕੇਟ ਹੋ ਗਏ ਐਜੂਕੇਟ ਹੋਣਾ ਕੁਝ ਹੋਰ ਚੀਜ਼ ਹੈ ਤੇ ਲਿਟਰੇਟ ਹੋਣਾ ਕੁਝ ਹੋਰ ਚੀਜ਼ ਹੈ ਤਾਂ ਆਪਾਂ ਨੂੰ ਪਹਿਲਾਂ ਚਾਹੀਦਾ ਹੈ ਕਿ ਆਪਾਂ ਐਜੂਕੇਟ ਕਰੀਏ ਲਿਟਰੇਟ ਹੋਣ ਦੇ ਨਾਲ-ਨਾਲ ਆਪਾਂ ਪੜਨਾ ਲਿਖਣਾ ਤਾਂ ਸਿੱਖ ਗਏ ਪਰੰਤੂ ਜਿਹੜੀ ਐਜੂਕੇਸ਼ਨ ਦੀ ਕਲਟੀਵੇਸ਼ਨ ਉਹ ਨਹੀਂ ਹੋਈ ਕਿਤਨਾ ਕਿਤੇ ਆਪਣੇ ਮਾਈਂਡ ਹਲੇ ਵੀ ਨਾ ਮੋਰਲ ਵੈਲਿਊਜ਼ ਦੀ ਮੋਰਲ ਵੈਲਿਊ ਦੀ ਕਹਿ ਸਕਦੇ ਆਂ ਆਪਾਂ ਇੱਕ ਲਿਖੇ ਨਾ ਜੀ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਸਤਿ ਸ਼ ਅਚਰਵਿੰਦਰ ਕੀ ਲੱਗ ਰਿਹਾ ਕਿ ਹੁਣ ਦੇਸ਼ ਦੇ ਵਿੱਚ ਇੱਕ ਵਾਰ ਫੇਰ ਬੱਚੀਆਂ ਦੇ ਨਾਲ ਬਲਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਇਹ ਘਟਨਾਵਾਂ ਰੁਕੀਆਂ ਨਹੀਂ ਜਾਂ ਕੋਈ ਨਵੀਆਂ ਘਟਨਾਵਾਂ ਨਹੀਂ ਪਿਛਲੇ ਸਮੇਂ ਤੋਂ ਲਗਾਤਾਰ ਵਾਪਰਦੀਆਂ ਆ ਰਹੀਆਂ ਨੇ ਸਮੇਂ-ਸਮੇਂ ਤੇ ਮੀਡੀਆ ਦੇ ਦੌਰਾਨ ਤੋਂ ਜਿਹੜੀਆਂ ਇਹ ਮੰਚ ਤੋਂ ਉਠਾਈਆਂ ਜਾਂਦੀਆਂ ਨੇ ਕੁਝ ਵਿਰੋਧੀ ਪਾਰਟੀਆਂ ਦੇ ਵੱਲੋਂ ਉਠਾਇਆ ਜਾ ਰਿਹਾ ਹੈ ਤੇ ਹੁਣ ਤੁਰੀ ਦੇ ਵਿੱਚ 4 ਸਾਲ ਦੀ ਬੱਚੀ ਦੇ ਨਾਲ ਰੇਪ ਹੋਣਾ ਕਿੰਨਾ ਕਿਤੇ ਪ੍ਰਸ਼ਾਸਨ ਦੇ ਜਿਹੜੇ ਸੁਰੱਖਿਆ ਪ੍ਰਣਾਲੀ ਦੇ ਉੱਤੇ ਵੀ ਸਵਾਲ ਖੜੇ ਕਰ ਦਿੰਦਾ ਹੈ ਪਰ ਕਾਰਨ ਕੀ ਮੰਨਦੇ ਹੋ ਸਰ ਪਹਿਲਾਂ ਤਾਂ ਮੈਨੂੰ ਮੈਂਟੈਲਿਟੀ ਦਾ ਇੱਕ ਸਭ ਤੋਂ ਵੱਡਾ ਕਾਰਨ ਹੈਗਾ ਤੇ ਜਿਵੇਂ ਭਾਜੀ ਨੇ ਕਿਹਾ এডਿਕੇਸ਼ਨ ਵੀ ਵੈਸੇ ਜ਼ਰੂਰੀ ਆ ਜਿਵੇਂ ਅਸੀਂ ਕਹਿ ਸਕਦੇ ਹਾਂ ਇੱਕ ਐਡਲਟ এডਿਕੇਸ਼ਨ ਜ਼ਰੂਰੀ ਆ ਕਿਉਂਕਿ ਆਪਣੇ ਇੰਡੀਆ 'ਚ ਉਸ ਨੂੰ ਕਾਫੀ ਆਰਡ ਜਾਂ ਮੰਨਿਆ ਜਾਂਦਾ ਕਿ ਜੇ ਜੇ ਅਸੀਂ ਐਡਲਟ এডਿਕੇਸ਼ਨ ਦੀ ਗੱਲ ਕਰੀਏ ਤੇ ਉਹ ਕਿਹਾ ਜਾਊਗਾ ਵੀ ਪਤਾ ਨਹੀਂ ਕੀ ਚੀਜ਼ ਆ ਜਿੱਥੇ ਆਪਾਂ ਵੈਸਟਰਨ ਕੰਟਰੀਜ਼ ਦੇ ਵਿੱਚ ਦੇਖਿਓ ਬਹੁਤ ਹੀ ਕਾਮਨ ਚੀਜ਼ ਆ ਤੇ ਉਸ ਕਰਕੇ ਬੰਦੇ ਦੀ ਇੱਥੇ ਮੂਵੀਜ਼ 'ਚ ਆਪਾਂ ਦੇਖਦੇ ਹਾਂ ਵੀ ਇੱਕ ਚੀਜ਼ ਨੂੰ ਇਹ ਇਦਾਂ ਹੋਊਗਾ ਬਣਾ ਦਿਆ ਜਾਂਦਾਗਾ ਵੀ ਲੋਕਾਂ ਦੇ ਮਾਈਂਡਸੈਟ ਉਦਾਂ ਦਾ ਹੀ ਬਣ ਜਾਂਦਾਗਾ মুਵੀਜ਼ ਦੇ ਵਿੱਚ ਕੁਝ ਇਦਾਂ ਦੇ ਸੀਨਸ ਹੁੰਦੇ ਨੇ ਜੋ ਕ੍ਰੀਏਟ ਕੀਤੇ ਜਾਂਦੇ ਨੇ ਜੋ ਜਿਵੇਂ ਅਨਪੜ੍ਹ ਲੋਕ ਹੁੰਦੇ ਨੇ ਉਹਨਾਂ ਦੀ ਉਹਨਾਂ ਦਾ ਮਾਈਂਡ ਉਸ ਵੱਲ ਡਾਇਵਰਟ ਹੁੰਦਾਗਾ ਵੀ ਹਾਂ ਪਤਾ ਨਹੀਂ ਇਹ ਕੀ ਚੀਜ਼ ਹੋ ਰਹੀ ਆ ਤੇ ਆ ਚੀਜ਼ਾਂ ਮੈਨੂੰ ਲੱਗਦੀਆਂ ਵੀ মুਵੀਜ਼ ਦੇ ਸੀਨਸ ਕੁਝ ਤੇ ਆ ਆ ਰੀਜਨਸ ਤੇ ਮੈਂਟੈਲਿਟੀ ਬਹੁਤ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਹੋ ਜਿਹੇ ਮੰਦ ਭਾਗਾ ਸ਼ਰਮਨਾਕ ਕਾਰਾ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਹੈ ਕਿਹੋ ਜੀ ਸਜ਼ਾ ਦੇ ਹੱਕਦਾਰ ਨੇ ਉਹ ਇੱਕ ਹੁਣ ਵੈਸੇ ਫਾਂਸੀ ਦੀ ਆਵਾਜ਼ ਬਹੁਤ ਦੌਰ ਤੋਂ ਚੁੱਕਦੇ ਆ ਰਹੇ ਨੇ ਪਰ ਤੇ ਹਰਿਆਣਾ ਦੇ ਵਿੱਚ ਵੀ ਮੇਰੇ ਖਿਆਲ ਰੀਸੈਂਟ ਮੈਂ ਪੜ੍ਹਿਆ ਸੀਗਾ ਨਿਊਜ਼ਪੇਪਰ 'ਚ ਇੱਕ ਹੋਰ ਕਾਂਡ ਇਦਾਂ ਦਾ ਹੋਇਆ ਤੇ ਉੱਥੇ ਫਾਂਸੀ ਦੀ ਜਦਾ ਹੋਣ ਨਾਲ ਵੀ ਹਲੇ ਤੱਕ ਸਿਰਫ ਕੀ ਹੁੰਦਾ ਪ੍ਰਸ਼ਾਸਨ ਕਹਿੰਦਾ ਵੀ ਕਾਰਵਾਈ ਚੱਲ ਰਹੀ ਹੈ ਅਸੀਂ ਦੇਖ ਲਾਂਗੇ ਤੇ ਉਹ ਬਹੁਤ ਲੰਬਾ ਪ੍ਰੋਸੈਸ ਹੈ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਵੀ ਫਾਂਸੀ ਦਾ ਪ੍ਰੋਸੈਸ ਥੋੜਾ ਜਿਹਾ ਸ਼ਾਰਟ ਕਰ ਦੇਣਾ ਚਾਹੀਦਾ ਵੀ ਵਿਦਿਨ ਦਾ 6 ਮੰਥਸ ਵੀ ਫਾਂਸੀ ਹੋ ਜਾਣੀ ਚਾਹੀਦੀ ਹੈ ਵੀ ਡਿਸੀਜਨ ਲੈ ਦੇਣਾ ਚਾਹੀਦਾ ਤੇ ਤਾਂ ਮੈਨੂੰ ਲੱਗਦਾ ਵੀ ਇਹ ਰੁਕ ਸਕਦਾ ਹੈ ਬਹੁਤ ਬਹੁਤ ਧੰਨਵਾਦ ਹੋਰ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਲਗਾਤਾਰ ਦੇਸ਼ ਦੇ ਵਿੱਚ ਰੇਪ ਦੀਆਂ ਘਟਨਾਵਾਂ ਵਾਪਰਦੀਆਂ ਨੇ ਰੇਪ ਵੀ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਕੀਤਾ ਜਾਂਦਾ ਹੈ ਮੰਦਭਾਗਾਕਾਰਾਂ ਮਾਨਸਿਕਤਾ ਬਦਲਦੀ ਜਾ ਰਹੀ ਹੈ ਬਦਲਦੀ ਵੀ ਨਹੀਂ ਡਿੱਗਦੀ ਜਾ ਰਹੀ ਹੈ ਕਾਰਨ ਕੀ ਮੰਨਦੇ ਹੋ ਦੇਖੋ ਜੀ ਸਭ ਤੋਂ ਵੱਡਾ ਇਹਦਾ ਕਾਰਨ ਆਪਣਾ ਜੁਡੀਸ਼ਰੀ ਸਿਸਟਮ ਹੈ ਇੰਡੀਆ ਦਾ ਜਿਹੜਾ ਬਹੁਤ ਸਲੋ ਕਰਕੇ ਕੋਰਟ ਦੇ ਵਿੱਚ ਜਿਹੜਾ ਆਪਾਂ ਨੂੰ ਨਿਆਂ ਮਿਲਦਾ ਹੈ ਹਨਾ ਵੀ ਉਹਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਤਾਂ ਫਿਰ ਇਹ ਦੇ ਕਰਕੇ ਜਿਹੜੇ ਇਹੋ ਜਿਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਲੱਗਦਾ ਵੀ ਕੇਸ ਤਾਂ ਲੰਮਕੀ ਜਾਣਾ ਹਨਾ ਕਾਫੀ ਟਾਈਮ ਇਹਦੇ ਵਿੱਚ ਕਿਹੜਾ ਕੁਝ ਹੋਣਾ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਊਮੈਨਸ ਦਾ ਪੁਲਿਸ ਦੇ ਵਿੱਚ ਉਹਨਾਂ ਦੀ ਗਿਣਤੀ ਘੱਟ ਆ ਇਹ ਵੀ ਇੱਕ ਮੇਨ ਰੀਜ਼ਨ ਆ ਵੀ ਜਿਹੜਾ ਕਿ ਊਮੈਨਸ ਦੇ ਨਾਲ ਕਰਾਈਮ ਹੋ ਰਿਹਾ ਹੈ ਜ਼ਿਆਦਾ ਉਹ ਉਹਦੇ ਵਾਸਤੇ ਵਿੱਚ ਮੇਜਰ ਫੈਕਟਰ ਹੈ ਇਹ ਤੀਸਰੀ ਗੱਲ ਜਿਹੜੀ ਪੁਲਿਸ ਹੈਗੀ ਵੀ ਆ ਉਹਦੀ ਡਿਪਲੋਇਮੈਂਟ ਘੱਟ ਆ ਆਪਣੇ ਮਤਲਬ ਪਰ ਪਰਸਨ ਪੀਪਲ ਜਿਹੜੀ ਹੈਗੀ ਆ ਪੁਲਿਸ ਘੱਟ ਹੈਗੀ ਆ ਤੇ ਉਹਦੇ ਕਰਕੇ ਜਿਹੜਾ ਹੈ ਵੀ ਖਾਲੀ ਜਗਾਵਾਂ ਬਹੁਤ ਜ਼ਿਆਦਾ ਹੈਗੀਆਂ ਜਿੱਥੇ ਵੀ ਲੋਕਾਂ ਨੂੰ ਇਹ ਜਿਆ ਕਟਨਾਵਾਂ ਨੂੰ ਅੰਜਾਮ ਦੇ ਨੂੰ ਬढ़ावा ਮਿਲਦਾ ਹੈ ਤੀਸਰੀ ਗੱਲ ਜਿਹੜੀ ਇੱਕ ਹੋਰ ਗੱਲ ਆਪਣੇ ਸਾਹਮਣੇ ਆਉਂਦੀ ਹੈ ਵੀ ਪ੍ਰੋਪਰ ਲਾਈਟਨਿੰਗ ਹੈ ਨਹੀਂ ਗਲੀਆਂ ਦੇ ਵਿੱਚ ਕਿਤੇ ਵੀ ਵੀ ਉਹ ਵੀ ਇੱਕ ਮੇਜਰ ਫੈਕਟਰ ਹੈ ਵੀ ਹਨੇਰਾ ਹੁੰਦਾ ਹੈ ਤੇ ਮੂਵਮੈਂਟ ਹੈ ਜਿਹੜੀ ਉਹ ਔਖੀ ਹੁੰਦੀ ਹੈ ਉਹ ਕਰਨ ਲੱਗਦਾ ਯਾਰ ਹਨੇਰੇ ਚ ਇਹਨੇ ਕਿੱਥੇ ਕਿੱ데 ਠੀਕ ਹੈ ਤੁਸੀਂ ਲੋਅ ਐਂਡ ਆਰਡਰ ਦੀ ਗੱਲ ਕੀਤੀ ਹੈ ਕੁਝ ਸੁਰੱਖਿਆਵਾਂ ਦੀ ਵੀ ਗੱਲ ਕੀਤੀ ਹੈ ਪਰ ਜੇਕਰ ਮੈਂ ਗੱਲ ਕਰਾਂ ਤਾਂ ਕੀ ਜੇਕਰ ਸੁਰੱਖਿਆ ਨਾ ਹੋਵੇ ਪੁਲਿਸ ਦੀ ਕਾਰਵਾਈ ਨਾ ਹੋਵੇ ਪੁਲਿਸ ਤੰਤਰ ਨਾ ਹੋਵੇ ਤਾਂ ਬੰਦੇ ਦੀ ਖੁਦ ਵੀ ਤਾਂ ਇੱਕ ਮਾਨਸਿਕਤਾ ਹੁੰਦੀ ਹੈ ਖੁਦ ਵੀ ਤਾਂ ਆਪਣੀ ਇੱਕ ਸੋਚ ਹੁੰਦੀ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਸੋਚ ਵੀ ਡਿੱਗਦੀ ਜਾ ਰਹੀ ਹੈ ਹਾਂਜੀ ਉਹ ਉਹਦੇ ਉਹਦੇ ਵਿੱਚ ਜਿਹੜਾ ਉਹਨਾਂ ਦੀ ਸੋਸ਼ਲਾਈਜੇਸ਼ਨ ਹੋਈ ਹੈ ਨਾ ਬੱਚਿਆਂ ਦੀ ਅੱਜ ਕੱਲ੍ਹ ਦੇ ਬੱਚਿਆਂ ਦੀ ਸੋਸ਼ਲਾਈਜੇਸ਼ਨ ਜਿਹੜੀ ਹੋ ਰਹੀ ਹੈ ਉਹ ਵਿਗੜ ਰਹੀ ਹੈ ਜੀ ਵੇਖੋ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਗਲਤ ਜਿਹੜੀਆਂ ਚੀਜ਼ਾਂ ਨੂੰ ਬढ़ावा ਦਿੱਤਾ ਜਾ ਰਿਹਾ ਹੈ ਹਨ ਅੱਜ ਕੱਲ੍ਹ ਦੇ ਜਿਹੜੇ ਆਪਾਂ ਦੇਖ ਰਹੇ ਹਾਂ ਸ਼ਾਇਦ ਜ਼ਿਆਦਾ ਬੱਚਿਆਂ ਨੂੰ ਨਾ ਪਤਾ ਹੋਵੇ ਪਰ ਫਿਰ ਵੀ ਜਿਹੜਾ ਇੱਕ ਅੱਜਕੱਲ ਜਿਹੜੇ ਵੈਬ ਸੀਰੀਜ਼ ਵਗੈਰਾ ਚੱਲ ਰਹੀਆਂ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਇੱਕ ਦੀ ਚੀਜ਼ ਦਿਖਾਈ ਜਾਂਦੀਆਂ ਵੀ ਇਹ ਇੱਕ ਆਮ ਜੀ ਗੱਲ ਹੈਗੀ ਆ ਦੂਸਰੀ ਗੱਲ ਜਿਹੜੀਆਂ ਔਰਤਾਂ ਜਦੋਂ ਰੇਪ ਹੁੰਦਾ ਕਿਸੇ ਔਰਤ ਨਾਲ ਤਾਂ ਉਹਨੂੰ ਦਿਖਾ ਉਹਨੂੰ ਕਿਹਾ ਜਾਂਦਾ ਵੀ ਤੂੰ ਕੰਪਰੋਮਾਈਜ਼ ਕਰ ਇਸ ਗੱਲ ਨਾਲ ਵੀ ਚਲੋ ਕੋਈ ਗੱਲ ਨਹੀਂ ਹੁਣ ਤਾਂ ਹੋ ਗਿਆ ਆਪਾਂ ਚੁੱਪ ਕਰਕੇ ਬੈਠ ਜਾਈਏ ਹੈਨਾ ਇਹਦੇ ਇਹਦੇ ਨਾਲ ਵੀ ਜਿਹੜੇ ਇਹੋ ਜਿਹੇ ਐਲੀਮੈਂਟ ਉਹਨਾਂ ਨੂੰ ਵੜਾਵਾ ਪਰ ਠੀਕ ਹੈ ਉਹ ਔਰਤਾਂ ਦੀ ਗੱਲ ਕਰ ਰਹੇ ਹਾਂ ਬੱਚਿਆਂ ਦੇ ਨਾਲ ਵੀ ਰੇਪ ਹੋਣ ਦੇ ਮਾਮਲੇ ਦੇ ਵਿੱਚ ਕੰਪਰੋਮਾਈਜ਼ ਤਾਂ ਨਹੀਂ ਕੀਤਾ ਜਾ ਸਕਦਾ ਬੱਚਿਆਂ ਦੇ ਨਾਲ ਛੋਟੇ ਛੋਟੇ ਬੱਚਿਆਂ ਦੇ ਸਰਫ ਤੋਂ ਸਰਫ ਸਰਕਾਰਾਂ ਦੇ ਉੱਤੇ ਸਵਾਲ ਉਠਾਏ ਜਾਂਦੇ ਤੁਹਾਨੂੰ ਕੀ ਲੱਗਦਾ ਕਿ ਸੱਲੀਆਂ ਸਰਕਾਰਾਂ ਹੀ ਜ਼ਿੰਮੇਵਾਰ ਨੇ ਆਮ ਲੋਕ ਜਾਂ ਉਹ ਡਿੱਗੀ ਹੋਈ ਮਾਨਸਿਕਤਾ ਦੇ ਲੋਕ ਨਹੀਂ ਜ਼ਿੰਮੇਵਾਰ ਦੇਖੋ ਜੀ ਇਹਦੇ ਵਿੱਚ ਡਿੱਗੀ ਹੋਈ ਮਾਨਸਿਕਤਾ ਹੀ ਆਪਾਂ ਕਹਿ ਸਕਦੇ ਹਾਂ ਸਭ ਤੋਂ ਵੱਡੀ ਜ਼ਿੰਮੇਵਾਰ ਇੱਕ ਇਹਦੇ ਕਰਕੇ ਜਿਹੜਾ ਉਹਨਾਂ ਦੀ ਐਜੂਕੇਸ਼ਨ ਸਿਸਟਮ ਆ ਉਹਨਾਂ ਨੂੰ ਨਹੀਂ ਪਤਾ ਇੰਨੀਆਂ ਚੀਜ਼ਾਂ ਦਾ ਤੇ ਇੱਕ ਉਹ ਜ਼ਿਆਦਾ ਉਹ ਹੋ ਰਿਹਾ ਹੈ ਮਤਲਬ ਇਹੋ ਜਿਹਿਆਂ ਦੇਖੋ ਜਿਹੜੇ ਆਪਸ ਵਿੱਚੇ ਤੋਂ ਬੈਠਦੇ ਆ ਗਰੁੱਪ ਵਿੱਚ ਗਲਤ ਗੱਲਾਂ ਕਰਦੇ ਆ ਆਪਸ ਦੇ ਵਿੱਚ ਤੇ ਦੂਸਰਿਆਂ ਨੂੰ ਦੇਖ ਦੇ ਕੇ ਜਦੋਂ ਲੜਕੀਆਂ ਜਾਂਦੀਆਂ ਗਲਤ ਇਸ਼ਾਰੇ ਕਰਦੇ ਆ ਉਹਨਾਂ ਨੂੰ ਤਾਂ ਇਹ ਚੀਜ਼ਾਂ ਵੀ ਜਿਹੜੀਆਂ ਵਧਾਵਾ ਦਿੰਦੀਆਂ ਉਹਨਾਂ ਦੀ ਮਾਨਸਿਕਤਾ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਨੌਜਵਾਨਾਂ ਦਾ ਨੇ ਜਿੱਥੇ ਪ੍ਰਸ਼ਾਸਨਿਕ ਲਾਪਰਵਾਹੀਆਂ ਸ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਉਠਾਏ ਨੇ ਉਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਵੀ ਸਵਾਲ ਉਠਾਏ ਨੇ ਜਿਸ ਤਹਿਤ ਇਹਨਾਂ ਘਟਨਾਵਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਇਹੇ ਘਟਨਾਵਾਂ ਨੂੰ ਵਧਾਵਾ ਮਿਲਦਾ ਸੋ ਇੱਥੇ ਰੁਕਦੇ ਆ ਇੱਕ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਕੁਝ ਹੋਰ ਨੌਜਵਾਨ ਵੀ ਮੌਜੂਦ ਨੇ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਲਗਾਤਾਰ ਜਿਹੜੀਆਂ ਰੇਪ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਰੇਪ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਹੋ ਰਿਹਾ ਹੈ ਲੋਕਾਂ ਦੀ ਡਿੱਗੀ ਹੋਈ ਮਾਨਸਿਕਤਾ ਸਾਹਮਣੇ ਆ ਰਹੀ ਹੈ ਕਾਰਨ ਕੀ ਮੰਨਦੇ ਹੋ Uh, पहले तो uh, जो चीज़ है वो यह है कि जो लड़कों को जिस तरह से बड़ा किया जाता है ना कि वो उनके ऊपर कोई भी uh, कुछ भी नहीं लगाम लगाई जाती है जिस तरह से वो छोटे होते हैं तो उनको जनरली आप देखोगे जो अगर मैं पंजाब और हरियाणा की बात करूँ तो वो जिस तरह से अगर वो ब्रदर की भी बात करते हैं तो उनको ऐसे सोचते हैं कि दे हैव राइट ओवर देयर सिस्टर्स कि वो डिसाइड करेंगे कहाँ जा रहे हैं कैसे जा रहे हैं और अगर कुछ लड़के गलत भी करते हैं तो लड़के हैं कोई बात नहीं हो जाता है लड़कों को गुस्सा ज़्यादा आता है इन सब चीज़ों को बहुत नॉर्मल लेते हैं कि लड़कों को के अंदर एग्रेशन है तो कोई बात नहीं नॉर्मल है क्योंकि लड़के हैं तो पहले बच्चों हमेशा से ही बच्चे को बचपन से ही उसको एक कल्चरल और एक मॉरल चीज़ उसके अंदर डालनी चाहिए और दूसरी चीज जो ये हो रही है कि लोगों की जो फ्रस्ट्रेशन है जैसे इकोनॉमिक हो ये हो जो जो, लो, जो लोग इतना नहीं अर्न कर पाते हैं और ये जो पॉवर्टी लाइन है या जो इतने इकोनॉमिकली अच्छे जोन में नहीं है वो लोग अपनी चैनलाइज करते हैं अपने फ्रस्ट्रेशन को कहीं ना कहीं तो बात ये है कि पहले तो पेरेंट्स को अपने आप बहुत आज की डेट में वो टाइम नहीं रहा है कि आप बच्चों को गांव में भी ऐसे छोड़ दो आपको विजिलेंट होना पड़ेगा बच्चों को देख के कि बच्चे कहाँ जा रहे हैं किससे मिल रहे हैं क्या हो रहा है और बच्चों को गुड टच बैड टच के अगर बच्चे को अगर सपोज कोई बहुत टाइम तक बच्चे के साथ कुछ कोशिश भी कर है इंडिकेटर्स होते हैं ना कुछ तो बच्चे को ये स्कूल में भी सिखाना बहुत जरूरी है कि गुड टच होता है बैड टच होता है और लोग बच्चों को ये सिखाना बहुत जरूरी है कि अगर उनको कभी भी कोई चीज़ आउटसाइड साइड फैमिली मेम्बर्स या विद इन फैमिली मेम्बर्स उनको ऑकवर्ड लगे तो उनको उस चीज के लिए अलार्म रेज करना है चीख के तो पहला पहला की कि ਨੌਜਵਾਨ ਜਾਂ ਮੁੰਡਿਆਂ ਨੂੰ ਇਸ ਤਰ੍ਹਾਂ ਦੀਆਂ ਪਹਿਲਾਂ ਤੋਂ ਹੀ ਸਿਖਾਣਾ ਚਾਹੀਦਾ ਹੈ ਇੱਜ਼ਤ ਮਾਨ ਦੇਣਾ ਦੇਣ ਦੀ ਭਾਵਨਾ ਸਿਖਾਉਣੀ ਚਾਹੀਦੀ ਹੈ ਕਿ ਤੁਹਾਨੂੰ ਲੱਗਦਾ ਕਿ ਇਕੱਲੇ ਮੁੰਡਿਆਂ ਦੀ ਇਸ ਪਿੱਛੇ ਕੋਈ ਨਾ ਕੋਈ ਵਜ੍ਹਾ ਰਹਿੰਦੀ ਹੈ ਕਿ ਜਾਂ ਵਿਅਕਤੀਆਂ ਦੀ ਇਸ ਦੇ ਵਿੱਚ ਵਜ੍ਹਾ ਰਹਿੰਦੀ ਹੈ देखो मैं ऐसे ऐसे हंड्रेड परसेंट तो मैं नहीं बोल सकती कि बॉयज़ कहीं ना कहीं अगर आप किसी जो भी इंडिविजुअल ये करता है कहीं ना कहीं जो उसके एक्सपीरियंसेस रहते हैं लाइफ में कि आपको आपको कभी सही और गलत को बताया ही नहीं जाता और आपको ये होता है कि आप कुछ भी कर लो आप उसके साथ गेट अवे हो जाओगे और अगर हम यहाँ पे छोटी बच्चियों के साथ रेप की बात कर रहे हैं ना तो कहीं ना कहीं ये चीज़ होती है कि आ, हमारा एक जो एक सिस्टम है जुडिशियल सिस्टम है कि आप यू कैन गेट अवे विद एनी थिंग पे चाहे पैसे से चाहे जान पहचान से इससे उससे तो ना के लोगों पे लगाम नहीं है जब आपको अपने एक्शंस के लिए देयर एंड देन आपको उसके लिए करना पड़ेगा अगर आपने ऐसी हरकत करी है तो स्कूल में अगर बच्चे बच्चों के साथ हो रही है उसको वहीं पे तुरंत एक्शन लेके लोगों को ये दिखाएं कि अब ये चीज़ को एक्सेप्टेबिलिटी नहीं है बहुत बहुत धन्यवाद ਲ ਬਹੁਤ سارے ਸਵਾਲ ਵੀ ਤੁਸੀਂ ਚੁੱਕੇ ਨੇ ਤੇ ਕੀ ਲੱਗ ਰਿਹਾ ਕਿ ਇਸ ਦੇ ਨਾਲ ਜੇਕਰ ਇੱਕ ਹੋਰ ਪੱਖ ਦੇਖਿਆ ਜਾਵੇ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੋਸ਼ਲ ਮੀਡੀਆ ਦੇ ਰਾਹੀਂ ਵੀ ਮਾਨਸਿਕਤਾ ਦੇ ਵਿੱਚ ਨਿਗਾਰ ਆ ਰਿਹਾ ਹੈ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੇ ਨਾਲ ਨਿਗਾਰ ਆ ਰਿਹਾ ਹੈ सोशल uh, मीडिया से भी थोड़ा बहुत इसका इफेक्ट पड़ता है बट मेरे हिसाब से सबसे ज़्यादा तो जो ये केसेस हो रहे हैं रेप केसेस या जो भी हो रहे हैं इसमें चलो लॉ तो इसका लॉ uh, के लिए तो हम मतलब गवर्नमेंट तो रिस्पॉन्सिबल हम मानते हैं कि गवर्नमेंट को इसके लिए करना चाहिए अच्छे लॉज बनाने चाहिए पर उससे ज़्यादा भी सबसे ज़्यादा मुझे लगता है कि फैमिली का रोल सबसे ज़्यादा इंपॉर्टेंट है हम किस तरह से बच्चों को घर में रखते हैं लड़का और लड़की में जो फ़र्क रखते हैं uh, हमारी सोसाइटी बहुत डेवलप हो गई है uh, बहुत सारे लोग इन चीज़ों में नहीं फर्क करते लेकिन फिर भी हमारी सोसाइटी में चाहे जितना हम ਡਵਲਪ ਹੋ ਜਾਏ ਲੜਕਾ ਔਰ ਲੜਕੀ ਮੈਂ ਅੰਫਰਕ ਫਿਰ ਵੀ ਕਰਤੇ ਹਨ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਹੁਣ ਫਾਂਸੀ ਦੀ ਸਜ਼ਾ ਦੀ ਮੰਗ ਉੱਠ ਰਹੀ ਹੈ ਲੱਗਦਾ ਕਿ ਫਾਂਸੀ ਨਾ ਘਟਨਾਵਾ ਦਾ ਹੱਲ ਹੈਗੀ ਹੈ ਅ ਮੇਰੇ ਹਿਸਾਬ ਸੇ ਤੋ ਇਸ ਕਾ ਇਹ ਹੱਲ ਨਹੀਂ ਹੈ ਕਿਉਂਕਿ ਅਭੀ ਵੀ ਜੋ ਨਿਰਭਿਆ ਕੇਸ ਹੋਆ ਤਾ ਉਸਕੇ ਬਾਦ ਵੀ ਹਮਾਰੇ ਲਾਅ ਮੇ ਬਹੁਤ ਚੇਂਜਸ ਹੋਏ ਹੈ ਬਹੁਤ ਸਟ੍ਰਿਕਟ ਬਨੇ ਹੈ ਲੇਕਿਨ ਉਸਕੇ ਬਾਦ ਵੀ ਹਮ ਦੇਖ ਰਹੇ ਹੈ ਕਿ ਕੇਸਸ ਮੇ ਕੋਈ ਫਰਕ ਨਹੀਂ ਪੜਾ ਹੈ ਕੀ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਜਾਂ ਸਰਕਾਰ ਨੂੰ ਜਾਂ ਆਮ ਲੋਕਾਂ ਨੂੰ ਹਾਲਾਂਕਿ ਇਕੱਲਾ ਸਰਕਾਰ ਦੇ ਉੱਤੇ ਹੀ ਇਹ ਨਾ ਮਾਮਲਿਆਂ ਨੂੰ ਥੋਪਣਾ ਸਹੀ ਨਹੀਂ ਹੋਵੇ ਲੋਕਾਂ ਨੂੰ ਵੀ ਮਾਨਸਿਕਤਾ ਕਿਸ ਤਰੀਕੇ ਦੇ ਨਾਲ ਚੇਂਜ ਕਰਨੀ ਚਾਹੀਦੀ ਹੈ Uh, सबसे ज़्यादा रोल मैं लोगों का ही मानती हूँ लोगों का मतलब अगर हम फैमिली से स्टार्ट करें हमारी फैमिली सबसे ज़्यादा uh, पेरेंट्स का रोल सबसे ज़्यादा है कि लड़कों को भी uh, लड़कियों की प्रॉब्लम्स के बारे में लड़कियों की जो इश्यूज़ हैं उसके बारे में समझाया जाए हम कभी भी इतने ओपनली घर में बात नहीं करते हैं पेरेंट्स के साथ हमारा रिलेशन जो है बहुत uh, उतना मतलब हम फ्री नहीं होते अपने पेरेंट्स में तो मुझे लगता है बच्चों में और पेरेंट्स के बीच में एक फ्रेंडली रिलेशन होना ज़रूरी है जहाँ पर हम अपने बच्चों के साथ सारी प्रॉब्लम डिस्कस कर सकें तो अगर ਫੈਮਿਲੀ ਦਾ ਰੋਲ ਜ਼ਿਆਦਾ ਇੰਪੋਰਟੈਂਟ ਹੋਗਾ ਤਾਂ ਸ਼ਾਇਦ ਜ਼ਿਆਦਾ ਅੱਛਾ ਹੋਊਗਾ ਬਹੁਤ ਬਤਨਵਾਜ ਲਗਾਤਾਰ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਸਭ ਦਾ ਇਸ ਰੇਪ ਕੇਸਸ ਦੇ ਨਾਲ ਰਹਿ ਕੇ ਅਲੱਗ-ਅਲੱਗ ਰੁਝਾਨ ਸਾਹਮਣੇ ਆਏ ਨੇ ਕੁਝ ਨੇ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦੱਸਿਆ ਕੁਝ ਨੇ ਲੋਕਾਂ ਨੂੰ ਲੋਕਾਂ ਦੀ ਜਿਹੜੀ ਡਿੱਗਦੀ ਹੋਈ ਮਾਨਸਿਕਤਾ ਨੂੰ ਜ਼ਿੰਮੇਵਾਰ ਦੱਸਿਆ ਪਰ ਲਗਾਤਾਰ ਸਵਾਲ ਉੱਠ ਰਹੇ ਨੇ ਪੰਜਾਬ ਦੇ ਵਿੱਚ ਵੀ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ ਵੀ ਘੇਰੇ ਦੇ ਵਿੱਚ ਲਿਆ ਜਾ ਰਿਹਾ ਪਰ ਅਖੀਰ ਸਵਾਲ ਇਹ ਹੀ ਉੱਠਦਾ ਹੈ ਕਿ ਇਹਨਾਂ ਸਾਰੀਆਂ ਘਟਨਾਵਾਂ ਦੇ ਲਈ ਆਖਿਰ ਜ਼ਿੰਮੇਵਾਰ ਕੌਣ ਹੈ ਸਰਕਾਰ ਆਮ ਲੋਕ ਜਿਨ੍ਹਾਂ ਦੀ ਮਾਨਸਿਕਤਾ ਲਗਾਤਾਰ ਰਹੀ ਹੈ ਪਰ ਸਵਾਲ ਬਰਕਰਾਰ ਹੈ ਕਿ ਇਨ੍ਹਾਂ ਘਟਨਾਵਾਂ ਦੇ ਵਿੱਚ ਬੱਚੀਆਂ ਦੇ ਨਾਲ ਰੇਪ ਹੋਣ ਤੋਂ ਬਾਅਦ ਵੀ ਇਨਸਾਫ ਕਿਉਂ ਨਹੀਂ ਮਿਲਦਾ ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰਦੇਵ ਜੀ ਆ ਗਿਆ ਧੰਨਵਾਦ